ਅੱਜ ਪ੍ਰਬੁੱਧ ਭਾਰਤ ਫੈਡਰੇਸ਼ਨ ਵੱਲੋਂ 12ਵੀਂ ਕੰਪੀਟੀਸ਼ਨ ਕਰਵਾਈ ਗਈ, ਜਿਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਸੰਵਿਧਾਨ ਅਤੇ ਡੈਮੋਕ੍ਰੇਸੀ ਨੂੰ ਲੈ ਕੇ ਇਹ ਬੱਚਿਆਂ ਦਾ 12ਵੀਂ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸੈਂਟਰ ਬਣਾਏ ਗਏ। ਜੇ ਗੱਲ ਕਰੀਏ ਜ਼ਿਲ੍ਹਾ ਫਰੀਦਕੋਟ ਦੀ ਤਾਂ ਫਰੀਦਕੋਟ ਦੇ ਵਿੱਚ ਵੀ ਕਈ ਜਗ੍ਹਾ 'ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਸੰਵਿਧਾਨ ਦੀ ਅਤੇ ਡੈਮੋਕ੍ਰੇਸੀ ਬਾਰੇ ਬੱਚਿਆਂ ਦਾ ਇਹ ਪੇਪਰ ਲਿਆ ਗਿਆ, ਜੋ ਕਿ ਇਹ 12ਵਾਂ ਕੰਪੀਟੀਸ਼ਨ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜੈਤੋ ਸ਼ਹਿਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਧਾਮ ਵਿਖੇ ਸੈਂਟਰ ਬਣਾਇਆ ਔਰ ਨਾਲ ਹੀ ਲੱਗਦੇ ਪਿੰਡ ਚੰਦਭਾਨ ਵਿਖੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਵਿੱਚ ਇਹ ਸੈਂਟਰ ਬਣਾਇਆ ਗਿਆ ਅਤੇ ਇਹਨਾਂ ਸੈਂਟਰਾਂ ਦੇ ਵਿੱਚ ਦਲਿਤ ਸਮਾਜ ਦੇ ਅਦਰ ਵਰਗ ਦੇ ਬੱਚਿਆਂ ਨੇ ਇਸ ਐਗਜ਼ਾਮ ਦੇ ਵਿੱਚ ਹਿੱਸਾ ਲਿਆ ਅਤੇ ਆਪ ਜੀ ਨੂੰ ਦੱਸ ਦਈਏ ਕਿ ਇਹ ਜੋ ਸੰਵਿਧਾਨ ਦੇ ਔਰ ਡੈਮੋਕ੍ਰੇਸੀ ਬਾਰੇ ਇਹ ਬੁੱਕਸ ਦੇ ਵਿੱਚ ਜੋ ਜਾਣਕਾਰੀ ਦਿੱਤੀ ਸੀ ਜੀ, ਇਹ ਜਿਹੜਾ ਬਹੁਤ ਵਧੀਆ ਉਪਰਾਲਾ ਜਿਹੜਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਜਿਹੜਾ ਕੀਤਾ ਜਾ ਰਿਹਾ ਅਤੇ ਇਹਨਾਂ ਨੇ ਇਸ ਵਾਰ ਇਹ ਜਿਹੜਾ 12ਵੀਂ ਪ੍ਰਤੀਯੋਗਤਾ ਕਰਵਾਈ ਹੈ। ਪਹਿਲਾਂ ਵੀ ਤੁਹਾਡੇ ਸੈਂਟਰ ਬਣਿਆ? ਹਾਂਜੀ, ਜਿਹੜਾ ਅਸੀਂ ਇਸ ਜਿਹੜੀ ਇਹ ਪ੍ਰਤੀਯੋਗਤਾ ਜਿਹੜੀ ਹਰ ਸਾਲ ਜਿਹੜੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਕਰਵਾਈ ਜਾਂਦੀ ਹੈ, ਜਿਹੜਾ ਇਹਦਾ ਅਸੀਂ ਚੌਥਾ ਜਿਹੜਾ ਅਸੀਂ ਪੇਪਰ ਲੈ ਰਹੇ ਹਾਂ ਅਤੇ ਹਰ ਵਾਰੀ ਜਿਹੜੇ ਬੱਚਿਆਂ ਦਾ ਜਿਹੜਾ ਰਿਸਪੋਂਸ ਹੈ ਵਧੀਆ ਹੁੰਦਾ ਅਤੇ ਸਾਨੂੰ ਪੂਰਾ ਵਿਸ਼ਵਾਸ ਵੀ ਹੈ ਕਿ ਜਿਹੜੇ ਬੱਚਿਆਂ ਨੇ ਇਹਦਾ ਬੁੱਕਸ ਦੇ ਵਿੱਚੋਂ ਪੜ੍ਹ ਕੇ ਜਿਹੜਾ ਪੇਪਰ ਦਿੱਤਾ ਸਾਰਿਆਂ ਨੇ ਬਾਬਾ ਸਾਹਿਬ ਡਾਕਟਰ ਰਾਓ ਅੰਬੇਡਕਰ ਜੀ ਦੇ ਜਿਹੜੇ ਪਰਉਪਕਾਰ ਹੈ ਇਸ ਦੇਸ਼ ਦੀ ਨਾਰੀ ਦੇ ਉੱਤੇ ਜਾਂ ਇਸ ਦੇਸ਼ ਦੇ ਬੱਚਿਆਂ ਦੇ ਉੱਤੇ ਜਾਂ ਇਸ ਪੂਰੇ ਸਮੁੱਚੇ ਦੇਸ਼ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਾਉਣ ਵਿੱਚ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸੰਘਰਸ਼ ਹੈ। ਉਮੀਦ ਹੈ ਸਾਨੂੰ ਕਿ ਹਰ ਇੱਕ ਬੱਚੇ ਨੇ ਪੜ੍ਹ ਕੇ ਉਹ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 12ਵੀਂ ਪ੍ਰਤੀਯੋਗਤਾ ਅੱਜ ਇਮਤਿਹਾਨ ਜਿਹੜਾ ਲਿਆ ਜਾ ਰਿਹਾ ਅਤੇ ਬੱਚਿਆਂ ਨੂੰ ਅੰਬੇਡਕਰ ਮਿਸ਼ਨ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੋੜਨ ਦੇ ਸੰਬੰਧ ਵਿੱਚ ਹਰ ਸਾਲ ਦੀ ਸਾਰਾ ਸਾਰੇ ਜੈਤੋ ਨਿਵਾਸੀਆਂ ਅਤੇ ਸਮੂਹ ਜੈਤੋ ਦੇ ਸਰਕਲ ਜਿੰਨਾ ਵੀ ਸਰਕਲ ਆਉਂਦਾ ਸਾਰਿਆਂ ਦਾ ਸਹਿਯੋਗ ਦੇ ਨਾਲ ਅਸੀਂ ਹਰ ਸਾਲ ਦੀ ਤਰ੍ਹਾਂ ਬਾਬਾ ਸਾਹਿਬ ਅੰਬੇਡਕਰ ਮਿਸ਼ਨ ਨੂੰ ਵਧਾਉਣ ਵਾਸਤੇ ਸਹਿਯੋਗ ਦਿੰਦੇ ਆ ਰਹੇ ਹਾਂ ਅਤੇ ਸਮੂਹ ਜੈਤੋ ਦੀਆਂ ਮਸਤੀਆਂ ਸਹਿਯੋਗ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾ ਰਹੇ ਹਾਂ। ਹਾਂਜੀ ਸਰ, ਮੈਂ ਇਹ 5 ਵਾਰ ਇਗਜ਼ਾਮ ਦੇ ਚੁੱਕਿਆ। ਪਹਿਲਾਂ ਮੈਂ ਮੈਰਿਟ ਲਿਸਟ 'ਚ ਮੇਰਾ ਟੌਪ 3 'ਚ ਵੀ ਨਾਮ ਆਇਆ ਗਾ ਅਤੇ 6ਵੀਂ ਵਾਰ ਮੈਂ ਇਗਜ਼ਾਮ ਦਿੱਤਾ ਗਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਆਹੀ ਕਹਿਣਾ ਚਾਹੁੰਦਾ ਵੀ ਜਿਵੇਂ ਸਕੂਲਾਂ ਕਾਲਜਾਂ ਵਿੱਚ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਲਿਟਰੇਚਰ ਜਿਵੇਂ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਗਿਆ ਜਾਂ ਮੈਂ ਸਿਲੇਬਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਤਾਂ ਸਾਨੂੰ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਬਾਰੇ ਸਾਨੂੰ ਜਾਣੂ ਕਰਾਇਆ, ਬਾਬਾ ਸਾਹਿਬ ਦੇ ਵਿਚਾਰਾਂ ਬਾਰੇ ਜਾਣੂ ਕਰਾਇਆ ਜਾਂ ਉਹਨਾਂ ਨਾਲ ਜੋ ਜਾਤੀ ਵਿਤਕਰਾ ਹੁੰਦਾ ਸੀ ਉਹਨਾਂ ਬਾਰੇ ਸਾਨੂੰ ਪਤਾ ਲੱਗਿਆ, ਬਾਬਾ ਸਾਹਿਬ ਦੇ ਸੰਵਿਧਾਨ ਬਾਰੇ ਪਤਾ ਲੱਗਿਆ, ਬਾਬਾ ਸਾਹਿਬ ਦੀ ਕੀ ਸੋਚ ਸੀ, ਕਿਸ ਤਰ੍ਹਾਂ ਦਾ ਭਾਰਤ ਉਹਨਾਂ ਦਾ ਸੋਚਣਾ ਸੀ ਵੀ ਕਿਸ ਤਰ੍ਹਾਂ ਦਾ ਭਾਰਤ ਬਣੇ ਉਸ ਬਾਰੇ ਪਤਾ ਲੱਗਿਆ। ਅਤੇ ਮੈਂ ਅਪੀਲ ਤਾਂ ਇਹੀ ਕਹਿਣਾ ਚਾਹੁੰਦਾ ਵੀ ਸਪੈਸ਼ਲ ਥੈਂਕਸ ਤਾਂ ਮੈਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਕਰਨਾ ਚਾਹੁੰਦਾ।